ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦਾ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੇ ਕੀਤਾ ਕਾਲੇ ਝੰਡੇ ਦਿਖਾ ਕੇ ਵਿਰੋਧ। ਅਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਦੇ ਪੰਜਾਬ ਦੌਰੇ ਦੇ ਦੌਰਾਨ ਜ਼ਿਲ੍ਹਾ ਬਰਨਾਲਾ ਵਿੱਚ ਇੱਕ ਰੋਡ ਸ਼ੋਅ ਵਿੱਚ ਪੁਰਾਣੇ ਵਰਕਰਾਂ ਨੇ ਨਿਰਾਸ਼ਾ ਜਤਾਉਂਦੇ ਹੋਏ ਕਾਲੇ ਝੰਡੇ ਦਿਖਾ ਕੇ ਅਰਵਿੰਦ ਕੇਜਰੀਵਾਲ ਅਤੇ ਉਮੀਦਵਾਰ ਭਗਵੰਤ ਸਿੰਘ ਮਾਨ ਦਾ ਵਿਰੋਧ ਕੀਤਾ, ਜਿੱਥੇ ਇੱਕ ਪਾਸੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਵਿੱਚ ਪਿੰਡ ਪਿੰਡ ਜਾ ਕੇ ਵੋਟਰਾਂ ਤੋਂ ਆਪਣੇ ਉਮੀਦਵਾਰ ਭਗਵੰਤ ਸਿੰਘ ਮਾਨ ਲਈ ਵੋਟ ਲਈ ਅਪੀਲ ਕਰ ਰਹੇ ਸਨ। ਉੱਥੇ ਹੀ ਰਸਤੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕਰਦੇ ਕਾਲੇ ਝੰਡੇ ਦਿਖਾ ਕੇ ਆਪਣਾ ਰੋਸ ਵਿਅਕਤ ਕੀਤਾ ਅਤੇ ਉਹਨਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ। ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਵਿਧਾਨ ਸਭਾ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਖਿਲਾਫ਼ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਤਸਕਰ ਦੱਸਿਆ ਸੀ, ਜਿਸ ਦੇ ਚੱਲਦੇ ਸਾਰੇ ਪਾਰਟੀ ਵਰਕਰਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਬੈਨਰ ਪੋਸਟਰ ਲਗਾਏ, ਪਰ ਅਰਵਿੰਦ ਕੇਜਰੀਵਾਲ ਨੇ ਵਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗ ਲਈ। ਦੂਜਾ, ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਸੀ ਜਿਸ ਵਜ੍ਹਾ ਨਾਲ ਆਮ ਲੋਕ ਪਿੱਛੇ ਹਟੇ, ਭਗਵੰਤ ਮਾਨ ਦੀ ਬੁਰੀ ਨੀਅਤ ਦੇ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਖਤਮ ਹੋ ਗਈ। ਭਗਵੰਤ ਮਾਨ ਨੇ ਆਪਣੀ ਪਾਰਟੀ ਵਰਕਰਾਂ ਦੇ ਉੱਤੇ ਫਰਜ਼ੀ ਮੁਕੱਦਮੇ ਦਰਜ ਕਰਵਾਏ। ਇਸ ਰੋਸ ਕਰਕੇ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਮੰਗ ਰਹੇ ਹਾਂ। ਇਸ ਦੇ ਚੱਲਦੇ ਸਾਡਾ ਇਹਨਾਂ ਦੇ ਖਿਲਾਫ਼ ਵਿਰੋਧ ਜਾਰੀ ਰਹੇਗਾ। ਅਸੀਂ ਇਹਨਾਂ ਨੂੰ ਆਪਣੇ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ। ਅਸੀਂ 2013 ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ। ਭਗਵੰਤ ਮਾਨ ਦਾ ਅਸੀਂ ਡਟ ਕੇ ਸਮਰਥਨ ਦਿੱਤਾ, ਪੂਰਾ ਜਿਤਾਇਆ ਵੱਡੀਆਂ ਵੋਟਾਂ ਤੇ, ਮਹਿਲਕਲਾਂ ਤੋਂ ਸਾਰੇ ਪੰਜਾਬ 'ਚ ਕੰਪੇਨ ਕੀਤੀ। ਕੇਜਰੀਵਾਲ ਨੇ ਜਿਹੜੀ ਮਜੀਠੀਆ ਤੋਂ ਮਾਫ਼ੀ ਮੰਗੀ ਹੈਗੀ, ਭਗਵੰਤ ਮਾਨ ਨੇ ਆਪਣੇ ਵਲੰਟੀਅਰਾਂ 'ਤੇ ਪਰਚੇ ਦਰਜ ਕਰਾਏ ਆ। ਬਰਗਾੜੀ ਵਿਖੇ ਦਾਰੂ ਪੀ ਕੇ ਗਿਆ ਹੈਗਾ। ਪੰਜਾਬ ਦੇ 13,000 ਪਿੰਡਾਂ ਦੀ ਕ੍ਰਾਂਤੀ ਦਾ ਕਾਤਲ ਭਗਵੰਤ ਮਾਨ ਅਸੀਂ ਅੱਜ ਤਾਂ ਪੰਜਾਬ ਦੇ ਵਿੱਚ ਆਉਂਦੇ ਕਾਲੀਆਂ ਝੰਡੀਆਂ ਦਿਖਾਈਆਂ ਜੀ। ਮੰਗ ਅਸੀਂ ਇਹ ਕਰਦੇ ਹਾਂ ਜੀ, ਸਾਡੇ 'ਤੇ ਪਰਚੇ ਦਰਜ ਕਰਾਏ ਆ, ਉਹ ਵਾਪਸ ਹੋਣੇ ਚਾਹੀਦੀ ਆ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀ, ਸਵਾਲ ਪੁੱਛਣ ਗਏ ਸੀਗੇ। ਅਤੇ ਅਸੀਂ ਪੰਜਾਬ ਦੇ ਵਿੱਚ ਅੱਜ ਕੇਜਰੀਵਾਲ ਆਇਆ, ਸਾਨੂੰ ਇਹ ਦੱਸੇ ਵੀ ਮਾਫ਼ੀ ਕਿਉਂ ਮੰਗੀ ਮਜੀਠੀਏ ਤੋਂ, ਜਦੋਂ ਕਿ ਸਾਡੇ ਪੰਜਾਬ ਦਾ ਵੱਡਾ ਮੁੱਦਾ ਅੱਜ ਨਸ਼ੇ ਦਾ ਮੁੱਦਾ ਗਾ। ਅੱਜ ਮਾਫ਼ੀ ਮੰਗ ਕੇ ਕੇਜਰੀਵਾਲ ਫਿਰ ਲੋਕਾਂ ਨੂੰ ਉਸੇ ਹੱਥਕੰਡੇ ਅਪਣਾਉਣ ਆ ਗਿਆ, ਪਰ ਅਸੀਂ ਇਹਦਾ ਵਿਰੋਧ ਕਰਾਂਗੇ ਡਟ ਕੇ। ਦੇਖੋ ਜੀ, ਜਿੱਤਾ ਮਜੀਠੀਏ ਤੋਂ ਮਾਫ਼ੀ ਮੰਗ ਲਈ, ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ। ਇਕੱਲੇ ਇਕੱਲੇ ਵਲੰਟੀਅਰ ਨੇ ਆਪਣੇ ਹੱਥ 'ਚ ਤਾਕੀਆਂ ਫੜ ਫੜ ਕੇ ਕਿਹਾ ਮੈਂ ਇੱਕ ਵਾਰ ਨਹੀਂ 1,000 ਵਾਰ ਕਹੂੰਗਾ ਮਜੀਠੀਆ ਨਸ਼ੇ ਦਾ ਤਸਕਰ ਆ। ਅਤੇ ਉਹ ਗਲਤੀ ਦਾ ਦੱਸ ਦੇਣਾ ਕੀ ਕੀਤਾ ਇਹਨਾਂ ਨੇ ਅੰਦਰ ਖਾਤੇ, ਕੀ ਡੀਲ ਹੋਈ ਹੈ ਇਹਨਾਂ ਦੀ। ਅਤੇ ਜਿਹੜਾ ਭਗਵੰਤ ਮਾਨ ਆ, ਇਹਨੇ ਜਿਹੜਾ ਲੋਕਾਂ ਦੀ ਕ੍ਰਾਂਤੀ ਆ ਰਹੀ ਸੀ 2017 ਦੇ ਵਿੱਚ, ਇਹਨੇ ਕਿਸੇ ਦੀ ਇੱਕ ਨਹੀਂ ਸੁਣੀ ਹੈਗੀ, ਜਿਹਦੇ ਕਰਕੇ ਅੱਜ ਸਾਨੂੰ ਨਮੋਸ਼ੀ ਦਾ ਸਾਰੇ ਪੰਜਾਬ ਨੂੰ ਤੇ ਜਿਹੜਾ ਹੈ ਸੰਤਾਪ ਭੋਗਣਾ ਪੈ ਰਿਹਾ। ਇਹਦੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਜਿੱਤ ਹੋਊਗਾ, ਕਿਉਂਕਿ ਉਹ ਬਖਲਾਹਟ ਦੇ ਵਿੱਚ ਆ। ਤੁਸੀਂ ਰਾਤ ਵੀ ਉਹਦੇ ਸੌਂਗ ਸੁਣ ਲਓ, ਕਿੱਥੇ ਰੰਗ ਦੇ ਬਸੰਤੀ ਚੋਲਾ ਵਾਲੇ ਸੌਂਗ ਚੱਲਦੇ ਹੁੰਦੇ ਸੀ, ਅੱਜ ਲੱਚਰਤਾ ਵਾਲੇ ਗਾਣੇ ਦੱਬਦਾ ਕਿੱਥੇ ਆ, ਜਾਂ ਹੋਰ ਉੱਪਰ ਖੜ ਕੇ ਫਲੈਂਗ ਕਿੱਸਾਂ ਵਗੈਰਾ, ਅਸਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਮੈਨੂੰ ਨਹੀਂ ਲੱਗਦਾ ਵੀ ਇਹ ਪੰਜਾਬ ਦਾ ਮਚਿਓਰ ਰਿਲੇਟਡ ਹੈ।